ਸਤਿ ਸ੍ਰੀ ਅਕਾਲ ਦੋਸਤੋ ਕ੍ਰਿਪਟੋ ਕਰੰਸੀ ਮਾਰਕੀਟ ਜਿਹੜੀ ਕਿ ਤਿੰਨ ਚਾਰ ਦਿਨ ਪਹਿਲਾਂ ਸਾਰੀ ਗ੍ਰੀਨ ਗ੍ਰੀਨ ਸੀਗੀ ਤੇ ਤਿੰਨ ਕੁ ਦਿਨ ਹੋ ਗਏ ਆ ਕਿ ਸਾਰੇ ਕੋਇਨ ਹੀ ਜਿਹੜੇ ਹੈਗੇ ਆ ਰੈਡ ਰੈਡ ਹੈਗੇ ਆ ਬਿਟਕੋਇਨ ਕਾਫੀ ਉੱਪਰ ਚਲਾ ਗਿਆ ਸੀਗਾ ਪਰ ਤਿੰਨ ਦਿਨਾਂ ਤੋਂ ਇਹ ਲਗਾਤਾਰ ਹੇਠਾਂ ਹੀ ਡਿੱਗ ਰਿਹਾ ਹੈਗਾ ਅੱਜ ਵੀ ਬਿਟਕੋਇਨ ਜਿਹੜਾ ਹੈਗਾ ਆਪਾਂ ਗੱਲ ਕਰੀਏ ਤਾਂ 2% 3% ਡਾਊਨ ਹੈਗਾ ਇਥੀਰੀਅਮ ਵੀ ਲਗਭਗ 2% ਦੇ ਡਾਊਨ ਹੈਗਾ ਤੇ ਪਿਛਲੇ 7 ਦਿਨਾਂ ਤੋਂ 8-9% ਬਿਟਕੋਇਨ ਡਾਉਨ ਹੈ ਤੇ ਇਥੀਰੀਅਮ ਵੀ 9% ਡਾਉਨ ਹੈਗਾ ਜਿਹੜਾ ਇਥੀਰੀਅਮ ਬਹੁਤ ਵਧੀਆ ਉੱਪਰ ਚਲਾ ਗਿਆ ਸੀਗਾ 212200 212200 ਡਾਲਰ ਤੱਕ ਤੇ ਉਹ ਵੀ 9-10% ਥੱਲੇ ਆ ਚੁੱਕਾ ਹੈਗਾ ਤੇ ਇਸੇ ਤਰ੍ਹਾਂ ਬਾਕੀ ਕੋਇਨ ਵੀ ਆਪਾਂ ਗੱਲ ਕਰੀਏ ਤਾਂ 24 ਘੰਟਿਆਂ ਵਿੱਚ ਦੇਖੋ ਕੋਈ 3% ਕੋਈ 4% 8% 5% ਲਗਭਗ ਸਾਰੇ ਕੋਇਨ ਹੀ ਜਿਹੜੇ ਹੈਗੇ ਆ ਡਾਉਨ ਚੱਲਦੇ ਪਏ ਆ ਕਿਉਂਕਿ ਬਿਟਕੋਇਨ ਡਾਉਨ ਜਾਏਗਾ ਤਾਂ ਬਾਕੀ ਕੋਇਨ ਵੀ ਥੱਲੇ ਹੀ ਡਿੱਗਣਗੇ ਤਾਂ ਇਹਦਾ ਮੇਨ ਕਾਰਨ ਉਹੀ ਹੈ ਜਿਹੜਾ ਗੈਰੀ ਗੈਂਸਲਰ ਫੈਡ ਦਾ ਚੇਅਰਮੈਨ ਜਿਹੜਾ ਹੈਗਾ ਵੀ ਉਹਦੇ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਇਥੀਰੀਅਮ ਜਿਹੜਾ ਹੈਗਾ ਇਹ ਕਾਮੋਡਿਟੀ ਹੈ ਜਾਂ ਸਿਕਿਉਰਿਟੀ ਤੇ ਉਹਨੇ ਇਹਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਤੇ ਇਹਦੇ ਤੋਂ ਇਹੀ ਸੰਭਾਵਨਾ ਹੈਗੀ ਵੀ ਬਿਟਕੋਇਨ ਤੋਂ ਬਿਨਾ ਉਹ ਸਾਰਿਆਂ ਨੂੰ ਸਿਕਿਉਰਿਟੀ ਹੀ ਮੰਨਦਾ ਹੈ ਤੇ ਜੇਕਰ ਸਾਰੇ ਸਿਕਿਉਰਿਟੀ 'ਚ ਆ ਗਏ ਤਾਂ ਫਿਰ ਇਹ ਮਾਰਕੀਟ ਲਈ ਇੱਕ ਥੋੜੇ ਜੇ ਬੁਰੇ ਸੰਕੇਤ ਹੋਣਗੇ ਕਿਉਂਕਿ ਫਿਰ ਸਾਰਿਆਂ ਨੂੰ ਉੱਥੇ ਰਜਿਸਟਰਡ ਕਰਾਉਣਾ ਪਏਗਾ ਯੂਐਸਏ ਦੇ ਵਿੱਚ ਤੇ ਕਈ ਤਰ੍ਹਾਂ ਦੇ ਫਾਈਨ ਵੀ ਹੋ ਸਕਦੇ ਆ ਇਹਨਾਂ ਦੇ ਜਿਹੜੇ ਡਿਵੈਲਪਰ ਹੈਗੇ ਆ ਜਾਂ ਓਨਰਸ ਤੇ ਵੱਖ-ਵੱਖ ਕੋਇਨਸ ਹੈਗੇ ਆ ਤੇ ਟੋਟਲ ਮਾਰਕੀਟ ਕੈਪ ਜਿਹੜਾ ਹੈਗਾ ਡਾਲਰ 1.19 ਟ੍ਰਿਲੀਅਨ ਹੈ ਯਾਨੀ ਕਿ 1 ਟ੍ਰਿਲੀਅਨ ਤੋਂ ਉੱਪਰ ਹੀ ਚੱਲ ਰਿਹਾ ਹੈ ਇਹ ਥੋੜਾ ਜਿਹਾ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ ਕਿ 1 ਟ੍ਰਿਲੀਅਨ ਤੋਂ ਉੱਪਰ ਹੀ ਚਲੀ ਗਈ ਹੈ ਤੇ ਬਾਕੀ 24 ਘੰਟਿਆਂ ਚ 2.5-3% ਜਿਹੜੀ ਹੈਗੀ ਡਾਊਨ ਹੈ ਤੇ ਬਿਟਕੋਇਨ ਦੀ ਆਪਾਂ ਗੱਲ ਕਰੀਏ ਤਾਂ ਬਿਟਕੋਇਨ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਵੀ ਇੱਕ ਰਾਂ ਥੋੜਾ ਜਿਹਾ ਥੱਲੇ ਆ ਕੇ ਬਾਅਦ ਚ ਜ਼ਿਆਦਾ ਉੱਪਰ ਜਾ ਸਕਦਾ ਹੈ ਪਰ ਉੱਪਰ ਤੱਕ ਕੀ ਜਾਣਾ ਸੀਗਾ ਇਹ ਕਾਫੀ ਥੱਲੇ ਆ ਗਿਆ ਹੈਗਾ ਉਹ ਗੈਰੀ ਗੈਂਸਲ ਬਾਰੇ ਇਸ਼ੂ ਕਰਕੇ ਬਾਕੀ ਆਪਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਰਦੇ ਹੁੰਨੇ ਆ ਬਈ ਕ੍ਰਿਪਟੋ ਕਰੰਸੀ ਮਾਰਕੀਟ ਹੈ ਜਿਹੀ ਮਾਰਕੀਟ ਹੈ ਵੀ ਇਹਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੁੰਦਾ ਕੋਈ ਵੀ ਨੈਗੇਟਿਵ ਨਿਊਜ਼ ਆਈ ਨਹੀਂ ਕਿ ਲਗਭਗ ਕਿੰਨੀ ਥੱਲੇ ਆ ਜਾਂਦੀ ਹੈਗੀ ਤੇ ਬਿਟਕੋਇਨ ਵੀ ਪਿਛਲੇ ਲਗਭਗ ਤਿੰਨ ਕੁ ਦਿਨਾਂ ਤੋਂ ਥੱਲੇ ਹੀ ਆਈ ਜਾਂਦਾ ਹੈਗਾ ਜਿਹੜਾ ਕਿ 31000 ਡਾਲਰ ਤੇ ਇੱਕ ਪਹੁੰਚ ਗਿਆ ਸੀ ਤੇ ਅੱਜ ਬਿਟਕੋਇਨ 28000 ਡਾਲਰ ਤੋਂ ਵੀ ਥੱਲੇ ਆ ਗਿਆ ਸੀਗਾ 27800 ਵਾਲੀ ਰੇਂਜ ਤੇ ਆ ਗਿਆ ਸੀਗਾ ਇਸ ਵੇਲੇ ਬਿਟਕੋਇਨ 28080 ਡਾਲਰ ਤੇ ਟ੍ਰੇਡ ਕਰ ਰਿਹਾ ਹੈਗਾ ਤੇ ਬਾਕੀ ਇਹ ਬਹੁਤ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਸਪੋਰਟ ਵੀ ਹੈਗੀ ਏ 28700 800 ਵਾਲੀ ਰੇਂਜ ਤੇ ਤੇ ਮੈਨੂੰ ਲੱਗਦਾ ਹੈ ਵੀ ਇਹ ਇੱਥੇ ਹਜੇ ਕੁਝ ਦਿਨ ਸਪੋਰਟ ਬਣਾ ਸਕਦਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਇਹ 27500 600 ਤੱਕ ਥੱਲੇ ਆ ਸਕਦਾ ਹੈ ਤੇ ਕਿਉਂਕਿ ਵੀਕਐਂਡ ਵੀ ਚੱਲਦਾ ਪਿਆ ਤੇ ਜ਼ਿਆਦਾ ਮੂਵਮੈਂਟ ਹੁੰਦੀ ਉੱਪਰ ਨੂੰ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਤੇ ਇਹ ਸਪੋਰਟ ਇਹਨੂੰ ਜ਼ਰੂਰ ਪ੍ਰਕਰਾਰ ਰੱਖਣੀ ਚਾਹੀਦੀ ਹੈ ਜੇਕਰ 27500 ਵਾਲੀ سپورਟ ਟੁੱਟਦੀ ਹੈਗੀ ਤੇ ਫਿਰ ਉਹੀ ਆਪਾਂ 26500 ਵਾਲੇ ਲੈਵਲ ਤੇ ਆ ਜਾਵਾਂਗੇ ਜਿਹਦੀ ਕਿ ਆਪਾਂ ਸ਼ੁਰੂ ਵਿੱਚ ਇੱਕ ਵਾਰ ਗੱਲ ਕੀਤੀ ਸੀ ਵੀ ਦੁਬਾਰਾ ਫਿਰ ਇੱਥੇ ਇੱਕ ਵਾਰ ਬਿਟਕੋਇਨ ਆ ਸਕਦਾ ਹੈ ਤੇ ਹੋ ਸਕਦਾ ਹੈ ਕਿ ਇੱਥੇ ਦੁਬਾਰਾ ਫਿਰ 26500 ਤੱਕ ਆ ਜਾਵੇ ਪਰ ਇਹਦੇ ਚਾਂਸ ਥੋੜੇ ਜਿ ਘੱਟ ਲੱਗਦੇ ਆ ਮੈਨੂੰ ਲੱਗਦਾ ਵੀ 27500 ਤੋਂ ਇਹ ਉੱਪਰ ਉੱਠਣਾ ਚਾਹੀਦਾ ਹੈ ਤੇ ਬਾਕੀ ਆਉਣ ਵਾਲੇ ਸਮੇਂ 'ਚ ਯਾਨੀ ਕਿ ਸੋਮਵਾਰ ਮੰਗਲਵਾਰ ਤੱਕ ਆਪਾਂ ਨੂੰ ਔਰ ਜਿਹੜੀ ਮਾਰਕੀਟ ਦੀ ਸਥਿਤੀ ਹੈਗੀ ਇਹ ਸਪਸ਼ਟ ਹੋ ਜਾਏਗੀ ਵੀ ਇਹ ਤੋਂ ਅੱਗੇ ਕੀ ਬੰਦਾ ਹੈਗਾ ਤਾਂ ਫਿਲਹਾਲ ਤਾਂ ਮਾਰਕੀਟ ਵਿੱਚ ਕਾਫੀ ਪੈਨਿਕ ਦੀ ਸਥਿਤੀ ਹੈ ਤੁਸੀਂ ਪੈਨਿਕ ਵਿੱਚ ਆ ਕੇ ਸੈਲਿੰਗ ਨਹੀਂ ਕਰਨੀ ਬਲਕਿ ਇਹ ਆਪਾਂ ਨੂੰ ਮੌਕਾ ਮਿਲਦਾ ਹੁੰਦਾ ਹੈ ਹਰੇਕ ਵਾਰੀ ਬਲਕਿ ਹੁਣ ਫਿਰ ਮੈਂ ਤਾਂ ਕਵਾਂਗਾ ਕਿ ਬਿਟਕੋਇਨ ਦੀ ਦੁਆਰਾ ਫਿਰ ਇਹ ਸੇਲ ਸ਼ੁਰੂ ਹੋ ਗਈ ਹੈ ਤੇ ਸੇਲ ਵਿੱਚ ਆਪਾਂ ਜਿਆਦਾ ਤੋਂ ਜਿਆਦਾ ਚੀਜ਼ਾਂ ਖਰੀਦਦੇ ਹੁੰਨੇ ਆ ਤੇ ਉਸੇ ਤਰ੍ਹਾਂ ਆਪਾਂ ਨੂੰ ਇਹ ਕੌਇਨਸ ਵੀ ਖਰੀਦਣੇ ਚਾਹੀਦੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵਾਤ ਵਾਤ ਕਮੈਂਟ ਕਰੋ ਥ